ਪੰਜਾਬ ਦੀ ਕਿਸਾਨੀ ਦੇ ਉੱਤੇ ਕੇਂਦਰ ਦਾ ਜਿਹੜਾ ਵੱਡਾ ਟਾਕਾ ਵੱਜਣ ਦਿਆ ਉਹਦੇ ਵਿਰੁੱਧ ਵਿੱਚ ਆਏ ਪੰਜਾਬ ਦੇ ਵਿੱਚ ਤੁਸੀਂ ਵੇਖ ਲਓ ਤਕਰੀਬਨ ਹੀ ਸਾਰੀਆਂ ਰੇਲ ਲਾਈਨਾਂ ਵੱਡੇ ਟੋਲ ਪਲਾਜ਼ੇ ਅਤੇ ਖਾਸ ਕਰਕੇ ਰਿਲਾਇੰਸ ਦੇ ਪੰਪ ਬੰਦ ਪਏ ਨੇ। ਇਸੇ ਤਹਿਤ ਹੀ ਸਾਡੇ ਕਿਸਾਨ ਵਿੰਗ ਦਾ ਪ੍ਰਧਾਨ ਦਲਜੀਤ ਸਿੰਘ ਬਾਈ ਚੱਟ ਇਹਦੀ ਅਗਵਾਈ ਹੇਠ ਅਸੀਂ ਪਠਾਨਕੋਟ ਦਾ ਜਿਹੜਾ ਟੋਲ ਪਲਾਜ਼ਾ ਇਹਨੂੰ ਬੰਦ ਕੀਤਾ ਆ ਇਸ ਵਾਰ ਰਾਈਸ ਦਾ ਪੰਪ ਬੰਦ ਕਰਾਂਗੇ ਕਿਉਂਕਿ ਪੰਜਾਬ ਵਿੱਚ ਨਾ ਅਬਾਨੀ ਅਤੇ ਨਾ ਅਡਾਨੀ ਇਹ ਦੋਵੇਂ ਨਹੀਂ ਵੜਨ ਦਿਆਂਗੇ ਜਦੋਂ ਤੱਕ ਕੇਂਦਰ ਆਪਣਾ ਆਰਡੀਨੈਂਸ ਬੰਦ ਨਹੀਂ ਕਰ ਲੈ ਪੰਪ ਨਹੀਂ ਲੈਂਦਾ। ਕਿਸਾਨਾਂ ਨਾਲ ਹੋ ਰਿਹਾ ਐਡਾ ਵੱਡਾ ਧੱਕਾ ਜਿਹੜਾ ਆ ਉਹਨੂੰ ਕਦੇ ਬਰਦਾਸ਼ਤ ਨਹੀਂ ਕਰੂਗਾ। ਇਹ ਪੰਜਾਬੀ ਉਹ ਪੰਜਾਬੀ ਨੇ ਜਿਨ੍ਹਾਂ ਨੇ ਦੇਸ਼ ਦੀ ਆਜ਼ਾਦੀ ਵਿੱਚ ਬਹੁਤ ਵੱਡਾ ਯੋਗਦਾਨ ਪਾਇਆ। ਜੇ ਦੇਸ਼ ਨੂੰ ਯਾਦ ਕਰਾਉਣਾ ਜਾਣਦੇ ਨੇ ਤਾਂ ਆਪਣੇ ਤਾਂ ਹੋ ਰਿਹਾ ਅਤਿਆਚਾਰ ਨੇ ਡੱਕਣ ਦੀ ਵੀ ਜੋਸ਼ ਆਪ ਰੱਖਦੇ ਨੇ। ਸੋ ਇਸ ਕਰਕੇ ਕਿ ਪੰਜਾਬ ਕੇਂਦਰ ਦੀ ਸਰਕਾਰ ਨੂੰ ਇੱਕ ਬੜਾ ਮੈਸੇਜ ਆ ਅਜੇ ਤੋਂ ਸ਼ੁਰੂਆਤ ਕੀਤੀ ਆ ਇਹ ਕਾਫਲਾ ਲੰਮਾ ਚੱਲੂਗਾ ਲੰਮੇ ਸਮੇਂ ਤੱਕ ਬੰਦ ਰਹਿਣਾ ਜਦੋਂ ਤੱਕ ਕੇਂਦਰ ਆਪਣਾ ਵਾਪਸ ਨਹੀਂ ਲੈਂਦਾ ਨਾ ਰੇਲ ਲਾਈਨ ਕਿਸਾਨ ਵੀਰ ਚੱਲਣ ਦੇਣਗੇ ਨਾ ਰੋਡ ਲਾਈਨ ਤਕਰੀਬਨ ਜਿਹੜੀਆਂ ਆਹ ਜਿਹੜਾ ਅਡਾਨੀਆਂ ਨੇ ਸਿਸਟਮ ਬਣਾਇਆ ਟੋਲ ਪਲਾਜ਼ੇ ਤੋਂ ਅਗਰਾਹੀ ਕਰਨ ਦਾ ਜਾਂ ਪੈਟਰੋਲ ਪੰਪਾਂ ਤੋਂ ਇਹ ਬਿਲਕੁਲ ਨਹੀਂ ਇਹਨਾਂ ਦਾ ਚੱਲਣ ਦਿਆਂਗੇ। ਸੋ ਇਸ ਕਰਕੇ ਅਸੀਂ ਇਹਦੀ ਸ਼ੁਰੂਆਤ ਅੱਜ ਕਰਦੀ ਹਾਂ। ਕਿਸਾਨ ਦਾ ਪੁੱਤਾਂ ਮੈਂ ਔਰ ਕਿਸਾਨ ਦੇ ਨਾਲ ਖੜਾਂਗਾ ਜਿਹੜਾ ਇੱਕ ਮੋਦੀ ਸਰਕਾਰ ਨੂੰ ਆਰਡੀਨੈਂਸ ਪਾਸ ਕੀਤਾ ਗਿਆ ਉਹਦੇ ਵਿਰੁੱਧ ਅਸੀਂ ਜਿਹੜਾ ਟੋਲ ਪਲਾਜ਼ਾ ਅੱਜ ਬੰਦ ਕੀਤਾ ਆ ਜਿੰਨਾ ਚਿਰ ਆਰਡੀਨੈਂਸ ਜਾਂ ਸੋਧ ਜਾਂ ਰੱਦ ਨਹੀਂ ਹੁੰਦਾ ਉਹਨਾਂ ਚਿਰ ਸਾਡੇ